ਇਹ ਤੇਰਾ ਭਰਮ ਹੈ ਭਗਵੰਤ ਸਿੰਘ ਕਿ ਤੂੰ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦੇ ਸੰਘਰਸ਼ ਨੂੰ ਦਬਾ ਲਏਗਾ। ਤੇਰੇ ਵਰਗੇ ਕਈ ਆਏ ਤੇ ਕਈ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਖਾਲਸਾ ਪੰਥ ਸਾਰੀ ਦੁਨੀਆ ਦੇ ਨਿਸ਼ਾਨ ਸਾਹਿਬ ਝੂਲ ਰਿਹਾ। ਤੂੰ ਇੰਨੇ ਜੋਗਾ ਨਹੀਂ ਹੈਗਾ ਕਿ ਇੱਕ ਖਾਲਸਾ ਪੰਥ ਨਾਲ ਆ ਟੁੱਟੇ ਭੱਜੇ ਭਈਆਂ ਨੂੰ ਨਾਲ ਲੈ ਕੇ ਟਕਰਾ ਸਕੇ। ਜਿਹੜੀ ਜਥੇਬੰਦੀ ਦੇ ਸਿੰਘ, ਮੋਰਚੇ ਦੇ ਸਿੰਘ ਇੱਥੋਂ ਗਏ ਨੇ, ਉਹਨਾਂ ਤੇ ਕੋਈ ਕਾਰਵਾਈ ਕੀਤੀ? ਫਿਰ ਭੱਜਦਿਆਂ ਨੂੰ ਬਾਹਣ ਇੱਕੋ ਜਿਹੇ ਨੇ ਭਗਵੰਤ ਮਾਨ ਸਿੰਘ, ਤੈਨੂੰ ਇੱਥੋਂ ਇਹ ਗੱਲ ਸਪਸ਼ਟ ਕਰ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੀ ਗੋਦ ਦਾ ਨਿੱਘ ਮਾਣ ਰਹੀ ਸਾਧ ਸੰਗਤ ਜੀ, ਇੱਕ ਮਹੀਨਾ ਹੋ ਗਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗੇ ਨੂੰ, ਖਾਲਸਾ ਪੰਥ ਨੂੰ, ਸੜਕ 'ਤੇ ਆਇਆਂ ਨੂੰ। ਸਰਕਾਰ ਕੋਝੀਆਂ ਹਰਕਤਾਂ ਚੱਲ ਰਹੀ ਹੈ ਕਿ ਸ਼ਾਇਦ ਇਸ ਮੋਰਚੇ ਨੂੰ ਉਹ ਦਬਾਉਣ ਵਿੱਚ ਕਾਮਯਾਬ ਹੋਜੂਗੀ। ਇਹ ਤੇਰਾ ਭਰਮ ਹੈ ਭਗਵੰਤ ਸਿੰਘ ਕਿ ਤੂੰ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦੇ ਸੰਘਰਸ਼ ਨੂੰ ਦਬਾ ਲਏਗਾ। ਤੇਰੇ ਵਰਗੇ ਕਈ ਆਏ ਤੇ ਕਈ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਖਾਲਸਾ ਪੰਥ ਸਾਰੀ ਦੁਨੀਆ ਦੇ ਨਿਸ਼ਾਨ ਸਾਹਿਬ ਝੂਲ ਰਿਹਾ। ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇੱਥੋਂ ਅਸੀਂ ਇਹ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਤੂੰ ਇੰਨੇ ਜੋਗਾ ਨਹੀਂ ਹੈਗਾ, ਤੂੰ ਇੰਨੇ ਜੋਗਾ ਨਹੀਂ ਹੈਗਾ ਕਿ ਇੱਕ ਖਾਲਸਾ ਪੰਥ ਨਾਲ ਆ ਟੁੱਟੇ ਭੱਜੇ ਭਈਆਂ ਨੂੰ ਨਾਲ ਲੈ ਕੇ ਟਕਰਾ ਸਕੇ। ਜੇ ਤੇਰੇ ਮਨ ਵਿੱਚ ਕੋਈ ਵਹਿਮ ਹੈ ਕਿ ਮੈਂ ਖਾਲਸਾ ਪੰਥ ਨਾਲ ਟਕਰਾਉਣਾ, ਤਾਂ ਸਿੱਖ ਕੌਮ ਦਾ, ਖਾਲਸਾ ਪੰਥ ਦਾ ਇਤਿਹਾਸ ਜ਼ਰੂਰ ਪੜ੍ਹ ਲਈ। ਜਿਵੇਂ ਨਰਿੰਦਰ ਮੋਦੀ, ਮੋਹਨ ਭਾਗਵਤ ਤੇ ਅਮਿਤ ਸ਼ਾਹ ਉਹਨੀ ਭੁੱਲ ਗਏ ਸੀ ਨਾ, ਉਹਨਾਂ ਨੇ ਪੜ੍ਹਿਆ ਨਹੀਂ ਸੀ, ਉਹਨਾਂ ਨੇ ਮੱਥਾ ਲਾ ਲਿਆ ਸੀ ਖਾਲਸਾ ਪੰਥ ਨਾਲ। ਇੱਕ ਵਾਰ ਤੂੰ ਪੜ੍ਹ ਲਈ, ਤੈਨੂੰ ਪੰਜਾਬੀ ਵੀ ਆਉਂਦੀ ਹੈ, ਸ਼ਾਇਦ ਉਹਨਾਂ ਨੂੰ ਤਾਂ ਪੰਜਾਬੀ ਨਹੀਂ ਸੀ ਆਉਂਦੀ। ਇਹ ਗੱਲ ਹੈ ਕਿ ਜੇਕਰ ਸਾਡੇ ਸਿੰਘਾਂ ਦੇ ਉੱਤੇ ਕੋਈ ਪਰਚਾ ਦਰਜ ਕੀਤਾ ਗਿਆ ਤਾਂ ਚੰਡੀਗੜ੍ਹ ਪ੍ਰਸ਼ਾਸਨ ਮਤ ਸਮਝੇ ਕਿ ਅਸੀਂ ਇੱਥੇ ਬੈਠਾਂਗੇ, ਅਸੀਂ ਗਵਰਨਰ ਦੇ ਘਰ ਜਾਣ ਦੀ ਹਿੰਮਤ ਰੱਖਦੇ ਹਾਂ। ਇਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨੇ ਭਗਵੰਤ ਸਿੰਘ, ਜਿਨ੍ਹਾਂ ਨੇ 26 ਜਨਵਰੀ ਨੂੰ ਦੀਪ ਸਿੱਧੂ ਦੀ ਅਗਵਾਈ ਹੇਠ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਤਾ ਸੀ। ਤਾਂ ਫਿਰ ਤੇਰਾ ਘਰ ਔਰ ਗਵਰਨਰ ਦਾ ਘਰ ਦੂਰ ਨਹੀਂ, ਇਹ ਕੇਸਰੀ ਨਿਸ਼ਾਨ ਸਾਹਿਬ ਫਿਰ ਤੇਰੇ ਘਰਾਂ ਤੇ ਵੀ ਚਲਾ ਦੇਣੇ ਨੇ ਖਾਲਸਾ ਪੰਥ ਨੇ। ਇਸ ਕਰਕੇ ਭਗਵੰਤ ਸਿੰਘ ਮਾਨ ਨੂੰ ਚੇਤਾਵਨੀ ਦਿੰਦੇ ਆ ਉਹਦੀ ਪੂਰੀ ਸਰਕਾਰ ਨੂੰ ਕਿ ਜੇਕਰ ਸਾਡੇ ਜਥੇਬੰਦੇ, ਜਿਹੜੀ ਜਥੇਬੰਦੀ ਦੇ ਸਿੰਘ, ਮੋਰਚੇ ਦੇ ਸਿੰਘ ਇੱਥੋਂ ਗਏ ਨੇ, ਉਹਨਾਂ ਤੇ ਕੋਈ ਕਾਰਵਾਈ ਕੀਤੀ, ਫਿਰ ਭੱਜਦਿਆਂ ਨੂੰ ਬਾਹਣ ਇੱਕੋ ਜਿਹੇ ਨੇ ਭਗਵੰਤ ਮਾਨ ਸਿੰਘ, ਤੈਨੂੰ ਇੱਥੋਂ ਇਹ ਗੱਲ ਸਪਸ਼ਟ ਕਰ ਦਈਏ।
ਨੰਬਰ 2 ਤੇ ਇੱਕ ਹੋਰ ਬੜੀ ਜ਼ਰੂਰੀ ਗੱਲ ਜਿਹੜੀ ਕਰਨ ਵਾਲੀ ਸੀ ਖਾਲਸਾ ਪੰਥ ਦੇ ਸਾਹਮਣੇ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚੋਂ ਗੱਲ ਕਰ ਰਿਹਾ ਕਿ ਪਿਛਲੇ 2-3 ਦਿਨਾਂ ਤੋਂ ਪੂਰੇ ਵਰਲਡ ਦੇ ਵਿੱਚ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਇਹ ਮੋਰਚਾ ਕਾਮਰੇਡੀ ਹੋ ਚੁੱਕਿਆ। ਮੈਂ ਤੁਹਾਨੂੰ ਇਹ ਗੱਲ ਸਪਸ਼ਟ ਕਰ ਦਿੰਦਾ ਕਿ ਇਹ ਮੋਰਚਾ ਪਹਿਲੇ ਦਿਨ ਤੋਂ ਪੰਥਕ ਸੀ। ਇਹ ਮੋਰਚਾ ਪੰਥਕ ਸੀ ਤੇ ਪੰਥਕ ਹੀ ਰਹੂਗਾ। ਇਹਦੇ ਬਾਰੇ ਮਤ ਕੋਈ ਭਰਮ ਪਾਲੇ ਕਿ ਇੱਥੇ ਕੋਈ ਹੋਰ ਜਥੇਬੰਦੀ ਜਾਂ ਖਾਲਸਾ ਪੰਥ ਦੇ ਉਲਟ ਗੱਲ ਕਰਨ ਵਾਲੀ ਉਰੇ ਕੋਈ ਹੋਊਗੀ। ਜਿਸ ਮੋਰਚੇ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ, ਉਹ ਮੋਰਚਾ ਕਾਮਰੇਡੀ ਕਿਵੇਂ ਹੋ ਗਿਆ ਬਈ? ਜੇ ਅੱਜ ਕੁਛ ਵੀਰ ਮੈਂ ਨੌਂ ਲੈ ਕੇ ਇੱਥੋਂ ਦੱਸਣਾ ਚਾਹੁੰਦਾ ਕਿ ਦੋ ਸਾਡੇ ਵੀਰ ਨੇ, ਇੱਕ ਰੁਪਿੰਦਰ ਤੇ ਇੱਕ ਬਲਵਿੰਦਰ, ਜੇ ਉਹ ਸਹਿਯੋਗ ਕਰ ਰਹੇ ਨੇ ਯਾਰ ਆਪਾਂ ਨੂੰ ਕੀ ਇਤਰਾਜ਼ ਹੈ? ਉਰੇ ਜਿਹੜੇ ਬਾਕੀ ਨੇ, ਆ ਬਾਪੂ ਜੀ ਨੇ, ਜਸਵਿੰਦਰ ਹੋਣੀ ਨੇ, ਸਰਦਾਰ ਅਮਰਜੀਤ ਸਿੰਘ ਹੋਣੀ ਨੇ, ਸਰਦਾਰ ਪਾਲ ਸਿੰਘ ਹੋਣੀ ਨੇ, ਜਾਂ ਅਸੀਂ ਹੈ, ਅਸੀਂ ਫੇਸਬੁੱਕ ਹੀ ਤਾਂ ਨਹੀਂ ਯਾਰ ਹੈਗੇ, ਅਸੀਂ ਤਾਂ ਸੰਘਰਸ਼ ਪਿੰਡੇ ਤੇ ਹੰਡਾਇਆ। ਕੀ ਖਾਲਸਾ ਪੰਥ ਨੂੰ ਇਹ ਲੱਗਦਾ ਕਿ ਅਸੀਂ ਕਾਮਰੇਡੀ ਹੋ ਜਾਵਾਂਗੇ ਜਾਂ ਪੰਥਕ ਸੋਚ ਛੱਡ ਦਾਂਗੇ? ਅਸੀਂ ਵੱਡੇ ਤਾਂ ਜਾ ਸਕਦੇ ਹਾਂ, ਸ਼ਹਾਦਤਾਂ ਤਾਂ ਦੇ ਸਕਦੇ ਹਾਂ, ਲੇਕਿਨ ਕਦੇ ਇੰਡੀਅਨ ਸਟੇਟ ਦੇ ਔਰ ਕਾਮਰੇਡੀ ਦੇ ਹੱਥ ਠੋਕੇ ਨਹੀਂ ਬਣ ਸਕਦੇ। ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਸਾਰੀਆਂ ਜ਼ਿੰਦਗੀਆਂ ਪੰਥ ਵਾਸਤੇ ਗਾਲਤੀਆਂ, ਸਾਰੀਆਂ ਜ਼ਿੰਦਗੀਆਂ ਤਸ਼ੱਦਦ ਦੇਖ ਲਏ, ਜੇਲ੍ਹਾਂ ਦੇਖ ਲਈਆਂ, ਸਾਰਾ ਕੁਛ ਦੇਖ ਲਿਆ, ਜੇ ਹੁਣ ਕਿੰਨਾ ਕੁ ਸਮਾਂ ਜਿਉਣ ਦਾ ਬਈ? ਹੁਣ ਅਸੀਂ ਕਲੰਕ ਲੈ ਕੇ ਮਰਨਾ? ਇਹ ਮੋਰਚਾ ਪੰਥਕ ਹੈ ਔਰ ਇਹ ਪੰਥਕ ਰਹੂਗਾ। ਜਿਸ ਦਿਨ ਵੀ 1% ਇਹਦੇ ਵਿੱਚ ਕੋਈ ਤੁਹਾਨੂੰ ਸਾਨੂੰ ਲੱਗੂਗਾ ਕਿ ਪੰਥਕ ਨਹੀਂ ਹੈਗਾ, ਪੰਥਕ ਗੱਲ ਨਹੀਂ ਹੋ ਰਹੀ, ਸਭ ਤੋਂ ਪਹਿਲਾਂ ਅਸੀਂ ਸਾਰੇ ਮੋਰਚਾ ਛੱਡ ਜਾਵਾਂਗੇ। ਲੇਕਿਨ ਇਹ ਭਰਮ ਨਾ ਫੈਲਾਓ, ਇਹ ਨੈਰੇਟਿਵ ਨਾ ਸਿਰਜੋ। ਇਹ ਇੰਡੀਅਨ ਸਟੇਟ ਦੀ ਇੱਕ ਬਹੁਤ ਵੱਡੀ ਚਾਲ ਹੈ ਕਿ ਮੋਰਚਾ ਫੇਲ ਕਰ ਦਈਏ, ਲੇਕਿਨ ਉਹ ਕਦੇ ਕਾਮਯਾਬ ਨਹੀਂ ਹੋਣਗੇ। ਜਿਸ ਮੋਰਚੇ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਹੇ ਨੇ, ਜਿਸ ਮੋਰਚੇ ਦੇ ਵਿੱਚੋਂ ਬਾਬਰ ਸ਼ੇਰ ਯੋਧੇ ਆ ਰਹੇ ਨੇ, ਜਿਨ੍ਹਾਂ ਨੇ ਸਾਰਾ ਤਸ਼ੱਦਦ ਆਪਣੇ ਸਰੀਰਾਂ ਤੇ ਹੰਡਾਇਆ, ਉਹ ਮੋਰਚਾ ਪੰਥ ਦਾ ਹੈ, ਪੰਥ ਦਾ ਸੀ ਤੇ ਪੰਥ ਦਾ ਹੀ ਰਹੂਗਾ। ਇਹਦੇ ਤੇ ਮਤ ਕੋਈ ਭੁਲੇਖਾ ਪਾਲੇ। ਇਹ ਬੇਨਤੀਆਂ ਸੀਗੀਆਂ ਔਰ ਇਹ ਬੇਨਤੀਆਂ ਪੰਥ ਦੇ ਸਾਹਮਣੇ ਕਰਨੀਆਂ ਸੀ। ਜੇਕਰ ਕੋਈ ਗੱਲ ਹੋਊਗੀ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ, ਸਾਰੇ ਖਾਲਸਾ ਪੰਥ ਨੂੰ ਵੱਧ ਚੜ੍ਹ ਕੇ ਸਾਰੀ ਸਿੱਖ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵਾਲੇ, ਸਿੱਖ ਪੰਥ ਨੂੰ ਪਿਆਰ ਕਰਨ ਵਾਲੇ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਯਾਰ ਉਰੇ ਆ ਕੇ ਤਾਂ ਦੇਖੋ ਗੁਰੂ ਦਾ ਜਲਾਉ, ਗੁਰੂ ਦਾ ਜਾਹੋ ਜਲਾਲ ਆ ਕੇ ਤਾਂ ਦੇਖੋ ਮੋਰਚੇ ਦਾ। ਅਸੀਂ 7 ਤਰੀਕ ਦੇ ਉਰੇ ਹਾਂ ਔਰ ਮਰਦੇ ਦਮ ਤੱਕ ਇੱਥੇ ਰਹਾਂਗੇ, ਜਿੰਨਾ ਚਿਰ ਬਾਪੂ ਜੀ ਸਾਡੇ ਦਾ ਆਸ਼ੀਰਵਾਦ ਇਹਨਾਂ ਦਾ ਰਹੂਗਾ। ਯਾਰ ਇਹ ਬਜ਼ੁਰਗ ਜਿਨ੍ਹਾਂ ਨੇ ਇਸ ਉਮਰ ਵਿੱਚ ਵੀ ਕੌਮ ਲਈ ਖੜੇ ਨੇ, ਕੀ ਇਹ ਕੌਮ ਨੂੰ ਗਲਤ ਰਸਤੇ ਪਾ ਦੇਣਗੇ? ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਕਦੇ ਪੰਥ ਦਾ ਮਿਣਾ ਨਾ ਲਿਓ। ਅਸੀਂ ਤੁਹਾਡੇ ਨਾਲ ਇਸ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਵਾਅਦਾ ਕਰਦੇ ਹਾਂ ਕਿ ਪੰਥ ਦਾ ਮਿਣਾ ਨਾ ਲਿਆ ਤੇ ਨਾ ਜਿਉਂਦੇ ਜੀ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।